ਵੈਲਕਮ ਟੂ ਰੇਸ ਅਕੈਡਮੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਆਪਾਂ ਮਿੰਨੀ ਕੁਝ ਟੂ ਕਰਨਾ ਗਾ। ਇਸ ਤੋਂ ਪਹਿਲਾਂ ਜਿਨ੍ਹਾਂ ਨੇ ਨਹੀਂ ਦੇਖਿਆ ਮਿੰਨੀ ਕੁਝ, ਮੈਂ ਡਿਸਕ੍ਰਿਪਸ਼ਨ ਲਿੰਕ ਦੇ ਵਿੱਚ ਲਿਖਿਆ ਹੋਇਆ, ਠੀਕ ਹੈ, ਕਿ ਕੀ ਕੁਛ ਉਹਦੇ ਵਿੱਚ ਡਿਸਕ੍ਰਿਪਸ਼ਨ ਲਿੰਕ ਦੇ ਵਿੱਚ ਤੁਹਾਨੂੰ ਮਿਲ ਜੂਗਾ। ਮਿੰਨੀ ਕੁਝ ਪਹਿਲਾਂ PDF ਜੇ ਤੁਸੀਂ ਲੈਣੀ ਹੈ ਤਾਂ ਬਲੌਗ 'ਤੇ ਜਾ ਕੇ ਤੁਸੀਂ ਕਲਿੱਕ ਕਰ ਸਕਦੇ ਹੋ, ਉੱਥੇ PDF ਤੁਹਾਨੂੰ ਅਵੇਲੇਬਲ ਹੋ ਜਾਣਗੀਆਂ। ਫਿਲਹਾਲ ਸਾਰੀਆਂ PDF ਅਵੇਲੇਬਲ ਨਹੀਂ ਹੋਣਗੀਆਂ, ਕਿਉਂਕਿ ਪ੍ਰੀਵੀਅਸ ਜਿੰਨੀਆਂ ਵੀ ਹਜੇ ਮੈਂ ਅਪਡੇਟ ਕਰ ਰਿਹਾ ਹੈਗਾ, ਹੌਲੀ ਹੌਲੀ ਤੁਹਾਨੂੰ ਸਾਰੀਆਂ ਉੱਥੇ ਅਪਡੇਟਸ ਮਿਲ ਜਾਣਗੀਆਂ। ਫਿਲਹਾਲ ਤੁਸੀਂ ਮਿੰਨੀ ਕੁਝ ਪਹਿਲੇ ਦੀ ਜੇ PDF ਦੇਖਣੀ ਹੈ ਤਾਂ ਬਲੌਗ 'ਤੇ ਪੈ ਚੁੱਕੀ ਹੈ, ਤੁਸੀਂ ਉਹ ਦੇਖ ਸਕਦੇ ਹੋ। ਅਤੇ ਵੀਡੀਓ ਤੁਸੀਂ YouTube 'ਤੇ ਦੇਖਣੀ ਹੈ, ਠੀਕ ਹੈ। ਨਾਲ ਵੀਡੀਓ ਅਪਡੇਟਸ ਲਈ ਜੁਆਇਨ ਤੁਸੀਂ ਟੈਲੀਗ੍ਰਾਮ ਗਰੁੱਪ ਜੁਆਇਨ ਕਰੋ, ਠੀਕ ਹੈ। ਵੀਡੀਓ ਅਪਡੇਟਸ ਉੱਥੇ ਆਉਣਗੇ, PDF ਵੀ ਮੈਂ ਉੱਥੇ ਪਾ ਦੇਣਾ ਹੁੰਦਾ। ਫੋਰ ਐਨੀ ਕੁਐਰੀ, ਜੇ ਤੁਹਾਨੂੰ ਕੋਈ ਪ੍ਰੋਬਲਮ ਹੈ, ਠੀਕ ਹੈ, ਤਾਂ ਤੁਸੀਂ ਫੇਸਬੁੱਕ ਦਾ ਪੇਜ ਜੁਆਇਨ ਕਰ ਸਕਦੇ ਹੋ, ਲਾਈਕ ਕਰ ਸਕਦੇ ਹੋ, ਉੱਥੇ ਮੈਸੇਜ ਕਰ ਸਕਦੇ ਹੋ ਪਰਸਨਲੀ। ਕੋਈ ਵੀ ਮੈਸੇਜ, ਕੋਈ ਵੀ ਕੁਐਰੀ ਹੈ ਤੁਹਾਡੀ, ਜੇ ਕੋਈ ਪ੍ਰੋਬਲਮ ਹੈ ਤਾਂ ਤੁਹਾਨੂੰ ਮੈਂ ਰਿਪਲਾਈ ਅਪਡੇਟ ਕਰ ਦੂੰਗਾ, ਠੀਕ ਹੈ। ਤਾਂ ਚਲੋ ਆਪਾਂ ਮਿੰਨੀ ਕੁਝ ਜਿਹੜਾ ਸੈਕਿੰਡ ਉਹ ਸਟਾਰਟ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਜਨਰਲ ਅਵੇਅਰਨੈਸ ਹੈ, ਐਜ਼ ਪਰ ਦਾ ਕੰਸਟੀਟਿਊਸ਼ਨਲ ਪ੍ਰੋਵੀਜ਼ਨਸ, ਹੂ ਹੈਜ਼ ਦਾ ਐਬਸੋਲਿਊਟ ਐਂਡ ਅਲਟੀਮੇਟ ਪਾਵਰਸ ਰਿਗਾਰਡਿੰਗ ਦਾ ਪਾਸਿੰਗ ਔਨ ਮਨੀ ਬਿੱਲ। ਮਨੀ ਬਿੱਲ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਮੈਂ ਦੋ ਚਾਰ ਪੁਆਇੰਟ ਆ ਜਿਹੜੇ ਦੱਸ ਦਿੰਦਾ, ਕਿ ਮਨੀ ਬਿੱਲ ਆ ਜਿਹੜਾ ਉਹਦੀ ਜਿਹੜੀ ਐਬਸੋਲਿਊਟ ਪਾਵਰ ਹੁੰਦੀ ਆ ਉਹ ਲੋਕ ਸਭਾ ਕੋਲ ਹੁੰਦੀ ਹੈ, ਠੀਕ ਹੈ। ਯਾਨੀ ਕਿ ਜੇ ਲੋਕ ਸਭਾ ਨੇ ਮਨੀ ਬਿੱਲ ਪਾਸ ਕਰਤਾ ਤਾਂ ਰਾਜ ਸਭਾ ਉਹਨੂੰ ਰਿਜੈਕਟ ਨਹੀਂ ਕਰ ਸਕਦੀ। ਬੇਸਿਕਲੀ ਜਿਹੜਾ ਰਾਜ ਸਭਾ ਕੋਲ ਟਾਈਮ ਹੁੰਦਾ ਗਾ ਉਹ 14 ਦਿਨਾਂ ਦਾ ਟਾਈਮ ਹੁੰਦਾ ਗਾ। ਜੇ ਗੱਲ ਕਰੀ ਜਾਵੇ ਤਾਂ ਪੁੱਛ ਲਿਆ ਜਾਂਦਾ ਕਿ 14 ਯਾਨੀ ਕਿ ਰਾਜ ਸਭਾ ਕੋਲ ਮਨੀ ਬਿੱਲ ਨੂੰ ਅਪਰੂਵ ਕਰਨ ਦਾ ਜਾਂ ਡਿਸਅਪਰੂਵ ਕਰਨ ਦਾ, ਡਿਸਅਪਰੂਵ ਤਾਂ ਉਹ ਕਰ ਹੀ ਨਹੀਂ ਸਕਦੇ, ਬਟ ਉਹਨਾਂ ਕੋਲ ਯਾਨੀ ਕਿ ਡਿਸਕਸ ਕਰਨ ਦਾ ਜਿਹੜਾ ਕਿੰਨੇ ਦਿਨ ਦੀ ਉਹਨਾਂ ਕੋਲ ਹੁੰਦੀ ਹੈ, 14 ਦਿਨ ਰਾਜ ਸਭਾ ਕੋਲ ਹੁੰਦੇ ਆ। ਅਤੇ ਬਟ ਜਿਹੜਾ ਮਨੀ ਬਿੱਲ ਆ ਉਹਦੀ ਤਾਕਤ, ਉਹਦੀ ਪਾਵਰ ਜਿਹੜੀ ਹੈਗੀ ਆ ਉਹ ਹਾਊਸ ਆਫ ਦਾ ਪੀਪਲ ਯਾਨੀ ਕਿ ਲੋਕ ਸਭਾ ਕੋਲ ਹੈ, ਠੀਕ ਹੈ, ਲੋਕ ਸਭਾ ਕੋਲ ਹੈ। ਅਤੇ ਜਿਹੜਾ ਮਨੀ ਬਿੱਲ ਯਾਨੀ ਕਿ ਕੋਈ ਵੀ ਆਰਡੀਨਰੀ ਬਿੱਲ ਹੁੰਦਾ ਗਾ ਉਸੇ ਨੂੰ ਕਿਸੇ ਨਾ ਕਿਸੇ ਬਿੱਲ ਨੂੰ ਮਨੀ ਬਿੱਲ ਕਿਹਾ ਜਾਂਦਾ ਨਾ, ਤਾਂ ਮਨੀ ਬਿੱਲ ਜਿਹੜਾ ਕਹਿੰਦਾ ਯਾਨੀ ਕਿ ਮਨੀ ਬਿੱਲ ਜਿਹੜਾ ਮਨੀ ਬਿੱਲ ਨੂੰ ਦੱਸਦਾ ਗਾ ਕਿ ਹਾਂ ਇਹ ਮਨੀ ਬਿੱਲ ਹੈ, ਯਾਨੀ ਕਿ ਉਹਨੂੰ ਕੰਸਿਡਰ ਕਰਦਾ ਗਾ ਮਨੀ ਬਿੱਲ ਐਜ਼ ਏ ਮਨੀ ਬਿੱਲ, ਠੀਕ ਹੈ। ਤਾਂ ਮਨੀ ਬਿੱਲ ਦੀ ਉਹਨੂੰ ਮਤਲਬ ਮਨੀ ਬਿੱਲ ਘੋਸ਼ਿਤ ਕਰਨ ਦੀ ਪਾਵਰ ਜਿਹੜੀ ਹੁੰਦੀ ਆ ਉਹ ਹੁੰਦੀ ਹੈ ਸਪੀਕਰ ਕੋਲ। ਤਾਂ ਇਹ ਵੀ ਕੁਸ਼ਚਨ ਆਇਆ ਹੁੰਦਾ ਕਿ ਮਨੀ ਬਿੱਲ ਆ ਜਿਹੜਾ ਯਾਨੀ ਕਿ ਉਹਨੂੰ ਡਿਸਾਈਡ ਕੌਣ ਕਰਦਾ ਕਿ ਇਹ ਮਨੀ ਬਿੱਲ ਹੈਗਾ ਜਾਂ ਮਨੀ ਬਿੱਲ ਨਹੀਂ ਹੈਗਾ, ਤਾਂ ਉਹਨੂੰ ਡਿਸਾਈਡ ਕਰਦਾ ਸਪੀਕਰ ਆਫ ਦਾ ਲੋਕ ਸਭਾ। ਬਟ ਲੋਕ ਸਭਾ ਕੋਲ ਪੂਰੀ ਪਾਵਰ ਹੁੰਦੀ ਹੈ ਕਿ ਉਹ ਮਨੀ ਬਿੱਲ ਨੂੰ ਜਾਂ ਤਾਂ ਰਿਜੈਕਟ ਕਰ ਸਕਦੀ ਹੈ ਅਤੇ ਜਾਂ ਡਿਸਅਪਰੂਵ ਯਾਨੀ ਕਿ ਅਪਰੂਵ ਕਰ ਸਕਦੀ ਹੈ। ਤਾਂ ਕਹਿਣ ਦਾ ਮਤਲਬ ਮਨੀ ਬਿੱਲ ਜੇ ਲੋਕ ਸਭਾ ਨੇ ਅਪਰੂਵ ਕਰਤਾ ਤਾਂ ਰਾਜ ਸਭਾ ਕੋਲ ਕੋਈ ਹਿੰਮਤ ਨਹੀਂ ਹੈਗੀ, ਪ੍ਰੈਜੀਡੈਂਟ ਈਵਨ ਪ੍ਰੈਜੀਡੈਂਟ ਵੀ ਕੋਲ ਕੋਈ ਹੈ ਨਹੀਂ ਕਿ ਪ੍ਰੈਜੀਡੈਂਟ ਸਿਰਫ ਸਾਈਨ ਕਰਨਗੇ, ਹੈ ਨਾ, ਅਤੇ ਉਹ ਵੀ ਰਿਜੈਕਟ ਨਹੀਂ ਕਰ ਸਕਦੇ। ਲੋਕ ਸਭਾ ਕੋਲ ਇੰਨੀ ਪਾਵਰ ਹੈ ਕਿ ਉਹ ਐਬਸੋਲਿਊਟ ਪਾਵਰ ਆਪਣੀ ਮਨੀ ਬਿੱਲ ਦੇ ਵਿੱਚ ਦਿਖਾ ਸਕਦੇ ਆ, ਤਾਂ ਦਿਖਾਉਂਦੇ ਵੀ ਆ। ਅਤੇ ਮਨੀ ਬਿੱਲ ਯਾਨੀ ਕਿ ਤੁਸੀਂ ਕਹਿ ਸਕਦੇ ਹੋ ਕਿ ਪਾਵਰ ਇਹਦੀ ਹਾਊਸ ਆਫ ਪੀਪਲ ਕੋਲ ਹੋਊਗੀ। ਜੇ ਪੁੱਛ ਲਿਆ ਕਿ ਮਨੀ ਬਿੱਲ ਹੈ ਜਾਂ ਨਹੀਂ ਹੈ, ਕੌਣ ਡਿਸਾਈਡ ਕਰਦਾ, ਤਾਂ ਉਹ ਕਰਦਾ ਸਪੀਕਰ ਆਫ ਦਾ ਲੋਕ ਸਭਾ, ਠੀਕ ਹੈ। ਤਾਂ ਇਹਦਾ ਆਂਸਰ ਪਹਿਲਾਂ ਆਜੂਗਾ। ਐਜ਼ ਪਰ ਦਾ ਕੰਸਟੀਟਿਊਸ਼ਨ ਆਫ ਇੰਡੀਆ ਦਾ ਰਿਪੋਰਟਸ ਆਫ ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਰਿਲੇਟਿੰਗ ਟੂ ਦੀ ਅਕਾਊਂਟਸ ਆਫ ਏ ਸਟੇਟ ਸ਼ੈਲ ਬੀ ਸਬ ਮਿਟਡ ਟੂ, ਠੀਕ ਹੈ। ਤਾਂ ਪ੍ਰੈਜੀਡੈਂਟ ਆਫ ਇੰਡੀਆ, ਗਵਰਨਰ ਆਫ ਸਟੇਟ, ਫਾਈਨਾਂਸ ਮਿਨਿਸਟਰ ਐਂਡ ਚੀਫ ਮਿਨਿਸਟਰ, ਠੀਕ ਹੈ। ਆਰਟੀਕਲ 151 ਜਿਹੜਾ ਹੈਗਾ ਉਹ ਕਹਿੰਦਾ ਗਾ ਕਿ ਜਿਹੜਾ CGA ਹੈ ਆਪਣਾ, CAG ਹੈ ਯਾਨੀ ਕਿ ਕੰਟਰੋਲਰ ਆਡੀਟਰ ਜਨਰਲ ਜਿਹੜਾ ਆਪਣਾ ਹੈਗਾ ਗਾ, ਉਹ ਆਪਦੀ ਜਿਹੜੀ ਕਿ ਜਿਹੜੀ ਰਿਲੇਟਿੰਗ ਟੂ ਯਾਨੀ ਕਿ ਅਕਾਊਂਟਸ ਹੈ ਜਿਹੜਾ, ਠੀਕ ਹੈ, ਉਹ ਕਿਹਨੂੰ ਸਬਮਿਟ ਕਰਵਾ ਸਕਦਾ ਗਾ, ਉਹ ਕਰਵਾ ਸਕਦਾ ਗਾ ਗਵਰਨਰ ਆਫ ਦਾ ਸਟੇਟ। ਆਰਟੀਕਲ ਪੁੱਛ ਲਿਆ ਜਾਂਦਾ ਗਾ, ਤਾਂ ਆਰਟੀਕਲ ਹੈਗਾ 151 ਆਰਟੀਕਲ, ਠੀਕ ਹੈ, ਜਿਹਦੇ ਵਿੱਚ CAG ਹੈ ਜਿਹੜਾ ਯਾਨੀ ਕਿ ਉਹ ਅਕਾਊਂਟਸ ਵਗੈਰਾ ਜਿਹੜੇ ਆਪਣੇ ਉਹ ਜਿਹੜੀਆਂ ਫਾਈਲਾਂ ਯਾਨੀ ਕਿ ਸਬਮਿਟ ਉਹ ਕਿਹਨੂੰ ਕਰਦਾ ਗਾ, ਗਵਰਨਰ ਆਫ ਦਾ ਸਟੇਟਸ, ਠੀਕ ਹੈ। ਗਵਰਨਰ ਆਫ ਦਾ ਸਟੇਟਸ ਅਪੁਆਇੰਟਡ ਬਾਏ, ਤਾਂ ਜਿਹੜੇ ਗਵਰਨਰ ਆ ਅਪੁਆਇੰਟ ਕਿਹਦੇ ਦੁਆਰਾ ਕੀਤੇ ਜਾਂਦੇ, ਚੀਫ ਮਿਨਿਸਟਰ, ਚੀਫ ਜਸਟਿਸ ਆਫ ਸੁਪਰੀਮ ਕੋਰਟ, ਪ੍ਰੈਜੀਡੈਂਟ, ਸਪੀਕਰ ਆਫ ਦਾ ਲੋਕ ਸਭਾ। ਤਾਂ ਸੌਖਾ ਕੁਸ਼ਚਨ ਆ, ਗਵਰਨਰ ਆਫ ਦੀ ਸਟੇਟ ਆ ਜਿਹੜੇ ਗਵਰਨਰ ਆ ਯਾਨੀ ਕਿ ਉਹ ਪ੍ਰੈਜੀਡੈਂਟ ਦੁਆਰਾ ਅਪੁਆਇੰਟ ਕੀਤੇ ਜਾਂਦੇ ਹੈਗੇ। ਅਤੇ ਇੱਕ ਕਈ ਵਾਰੀ ਰਿਮੂਵਲ ਆ ਜਾਂਦੀ ਹੈ ਗਵਰਨਰ ਦੀ, ਕਿ ਰਿਮੂਵਲ ਗਵਰਨਰ ਦੀ ਕਿਵੇਂ ਹੁੰਦੀ ਆ, ਬੇਸਿਕਲੀ ਪ੍ਰੈਜੀਡੈਂਟ ਇਹਨੂੰ ਰਿਮੂਵ ਕਰ ਸਕਦਾ ਗਾ ਅਡਵਾਈਜ਼ ਯਾਨੀ ਕਿ ਸਲਾਹ ਮਸ਼ਵਰਾ ਕਰਕੇ ਚੀਫ ਮਿਨਿਸਟਰ ਆਫ ਸਟੇਟ ਨਾਲ, ਚੀਫ ਮਿਨਿਸਟਰ ਜਿਹੜਾ ਸਟੇਟ ਦਾ ਹੋਊਗਾ ਉਹਦੇ ਨਾਲ ਸਲਾਹ ਮਸ਼ਵਰਾ ਕਰਕੇ ਇਹ ਪ੍ਰਾਈਮ ਮਿਨਿਸਟਰ ਨਾਲ, ਸਟੇਟ ਨਾਲ ਨਹੀਂ, ਪ੍ਰਾਈਮ ਮਿਨਿਸਟਰ ਨਾਲ ਜਿਹੜਾ ਮਤਲਬ ਇਹਦੀ ਜੇ ਰਿਮੂਵ ਕਰਨਾ ਹੋਵੇ ਤਾਂ ਗਵਰਨਰ ਜਿਹੜਾ ਪ੍ਰਾਈਮ ਮਿਨਿਸਟਰ ਨਾਲ ਸਲਾਹ ਮਸ਼ਵਰਾ ਕਰਕੇ ਯਾਨੀ ਕਿ ਗਵਰਨਰ ਨੂੰ ਰਿਮੂਵ ਕਰ ਸਕਦੇ ਆ। ਅਤੇ ਜਿਹੜਾ ਗਵਰਨਰ ਦਾ, ਕਈ ਵਾਰੀ ਇੱਕ ਕੁਸ਼ਚਨ ਆਇਆ ਕਿ ਗਵਰਨਰ ਦਾ ਕਾਰਿਆਕਾਲ ਕਿੰਨੇ ਦਾ ਹੁੰਦਾ, ਟਾਈਮ ਪੀਰੀਅਡ ਦਾ ਟੈਨਿਓਰ ਜਿਹੜਾ
ਉਹ ਕਿੰਨੇ ਸਾਲ ਦਾ ਹੁੰਦਾ ਗਾ, ਤਾਂ ਉਹ ਐਡਵਾਈਸ ਐਡਵਾਈਜ਼ਰੀ ਮਤਲਬ ਕਹਿ ਸਕਦੇ ਹੋ ਤੁਸੀਂ, ਪ੍ਰੈਜੀਡੈਂਟ ਦੇ ਐਡਵਾਈਸ 'ਤੇ ਹੁੰਦਾ ਗਾ, ਪ੍ਰੈਜੀਡੈਂਟ ਦੀ ਐਡਵਾਈਸ 'ਤੇ ਹੋਊਗਾ। ਜੇ ਪ੍ਰੈਜੀਡੈਂਟ ਚਾਹੂਗਾ ਤਾਂ ਇਹਨੂੰ ਰਿਮੂਵ ਕਰ ਸਕਦਾ, ਪ੍ਰੈਜੀਡੈਂਟ ਜਿੰਨਾ ਟਾਈਮ ਚਾਹੂਗਾ ਇਹਨੂੰ ਯਾਨੀ ਕਿ ਰੱਖੀ ਰੱਖ ਸਕਦਾ। ਠੀਕ ਹੈ, ਤਾਂ ਕਹਿਣ ਦਾ ਮਤਲਬ ਪਲੈਜ਼ਰ ਆਫ ਦਾ ਪ੍ਰੈਜੀਡੈਂਟ, ਪ੍ਰੈਜੀਡੈਂਟ ਦੀ ਪਲੈਜ਼ਰ 'ਤੇ ਇਹਦਾ ਜਿਹੜਾ ਟਾਈਮ ਪੀਰੀਅਡ ਹੁੰਦਾ ਗਾ। ਠੀਕ ਹੈ, ਕੋਈ 5-6 ਸਾਲ ਨਹੀਂ ਹੁੰਦਾ ਗਾ, ਕਈ ਕਹਿ ਦਿੰਦੇ ਕਿ 5 ਸਾਲ ਬਾਅਦ ਗਵਰਨਰ, ਉਹ ਠੀਕ ਹੈ, 5 ਸਾਲ ਬਾਅਦ ਪ੍ਰੈਜੀਡੈਂਟ ਜਦੋਂ ਚੇਂਜ ਹੋ ਜਾਂਦਾ ਤਾਂ ਜਦੋਂ ਨਵਾਂ ਪ੍ਰੈਜੀਡੈਂਟ ਹੁੰਦਾ ਗਾ ਤਾਂ ਉਹ ਚੇਂਜ ਗਵਰਨਰ ਨੂੰ ਕਰ ਦਿੰਦਾ ਗਾ, ਬਟ ਪਲੈਜ਼ਰ ਆਫ ਪ੍ਰੈਜੀਡੈਂਟ, ਪ੍ਰੈਜੀਡੈਂਟ ਦੀ ਪਲੈਜ਼ਰ ਦੇ ਨਾਲ ਹੀ ਇਹਨੂੰ ਰਿਮੂਵ ਕੀਤਾ ਜਾ ਸਕਦਾ, ਪ੍ਰੈਜੀਡੈਂਟ ਦੇ ਪਲੈਜ਼ਰ ਦੇ ਨਾਲ ਹੀ ਇਹਦਾ ਟਾਈਮ ਪੀਰੀਅਡ ਯਾਨੀ ਕਿ ਫਿਕਸ ਹੈ। ਠੀਕ ਹੈ, ਤਾਂ ਤੁਸੀਂ ਐਵੇਂ ਇਹਨੂੰ ਯਾਦ ਕਰੋ, ਲੋ ਇੰਪੋਰਟੈਂਟ ਹੈ। ਇਸ ਤੋਂ ਬਾਅਦ ਆ ਗਿਆ ਵੈਨ ਕ੍ਰਿਪਸ ਮਿਸ਼ਨ ਕੇਮ ਟੂ ਇੰਡੀਆ, ਹੂ ਅਮੰਗ ਦਾ ਫੋਲੋਇੰਗ ਵਾਜ ਵਾਇਸ ਰਾਏ ਆਫ ਇੰਡੀਆ। ਤਾਂ ਜਦੋਂ ਕ੍ਰਿਪਸ ਮਿਸ਼ਨ 1942 ਦੇ ਵਿੱਚ ਆਇਆ ਸੀਗਾ, ਠੀਕ ਹੈ, ਤਾਂ ਉਦੋਂ ਅਸਲ ਵਿੱਚ ਜਿਹੜਾ ਕ੍ਰਿਪਸ ਮਿਸ਼ਨ ਆਇਆ ਸੀਗਾ, ਉਹ ਮਿਸ਼ਨ ਆਇਆ ਸੀ ਵੀ ਇੰਡੀਅਨਸ ਨੂੰ, ਮਤਲਬ ਇੱਕ ਤਾਂ ਇੰਡੀਅਨਸ ਦੇ ਜਿਹੜੇ ਰਿਫੋਰਮ ਵਗੈਰਾ ਚੱਲਦੇ ਸੀਗੇ ਉਹਦੇ ਕਰਕੇ ਆਇਆ ਸੀਗਾ। ਠੀਕ ਹੈ, ਅਤੇ ਬਾਕੀ ਜਦੋਂ ਵਰਲਡ ਵਾਰ 2 ਦੇ ਵਿੱਚ ਇੰਡੀਅਨਸ ਨੇ ਆਪਣੇ ਬ੍ਰਿਟਿਸ਼ ਦੀ ਸਪੋਰਟ ਕੀਤੀ ਸੀਗੀ, ਐਫਰਟਸ ਉਹਦੇ ਕੀਤੇ ਸੀਗੇ, ਤਾਂ ਉਹਦੇ ਵਾਸਤੇ ਵੀ ਇਹਨਾਂ ਨੇ ਇੱਕ ਇਹ ਕ੍ਰਿਪਸ ਮਿਸ਼ਨ ਲਿਆਂਦਾ ਸੀਗਾ ਕਿ ਅਸੀਂ ਇੰਡੀਅਨ ਦੇ ਪੱਖ ਦੇ ਵਿੱਚ ਕੁਛ ਲਿਆ ਰਹੇ ਹਾਂ। ਠੀਕ ਹੈ, ਤਾਂ ਉਦੋਂ ਜਿਹੜਾ ਲਾਰਡ ਸੀਗਾ, ਲਾਰਡ ਕਿਹੜਾ ਸੀਗਾ, ਲਾਰਡ ਸੀਗਾ ਉਦੋਂ ਲਿਨਲਿਥਗੋ ਸੀਗਾ। ਠੀਕ ਹੈ, ਤਾਂ ਇਹਦਾ ਦੂਸਰਾ ਆਂਸਰ ਸੀਗਾ ਲਾਰਡ ਲਿਨਲਿਥਗੋ, ਜਿਹੜਾ ਕਿ ਵਾਇਸਰਾਏ ਰਿਹਾ ਹੈਗਾ 1936 ਤੋਂ ਲੈ ਕੇ 1943 ਤੱਕ। ਠੀਕ ਹੈ, ਤਾਂ ਕਈ ਵਾਰੀ ਕੁਸ਼ਚਨ ਇਹ ਵੀ ਆਉਂਦਾ ਕਿ ਜਦੋਂ ਵਰਲਡ ਵਾਰ 2 ਹੋਇਆ ਸੀਗਾ ਤਾਂ ਉਦੋਂ ਇੰਡੀਆ ਦੇ ਵਿੱਚ ਜਿਹੜਾ ਲਾਰਡ ਸੀ ਉਹ ਕਿਹੜਾ ਸੀਗਾ, ਤਾਂ ਲਾਰਡ ਲਿਨਲਿਥਗੋ ਸੀਗਾ ਜਦੋਂ ਵਰਲਡ ਵਾਰ 2 ਹੋਇਆ ਸੀਗਾ। ਠੀਕ ਹੈ, ਤਾਂ 1942 ਦੇ ਵਿੱਚ ਜਿਹੜਾ ਕ੍ਰਿਪਸ ਮਿਸ਼ਨ ਆਇਆ ਸੀਗਾ, ਅਤੇ ਕ੍ਰਿਪਸ ਮਿਸ਼ਨ ਜਿਹੜਾ ਸੀਗਾ, ਗਾਂਧੀ ਕਈ ਵਾਰੀ ਕੁਸ਼ਚਨ ਆਇਆ ਕਿ ਗਾਂਧੀ ਜੀ ਨੇ ਕ੍ਰਿਪਸ ਮਿਸ਼ਨ ਨੂੰ ਕੀ ਕਿਹਾ ਸੀਗਾ, ਤਾਂ ਗਾਂਧੀ ਜੀ ਨੇ ਕਿਹਾ ਸੀਗਾ ਪੋਸਟ ਡੇਟਡ ਚੈੱਕ, ਪੋਸਟ ਡੇਟਡ ਚੈੱਕ। ਬਾਕੀ ਜੀ ਕੇ ਡਿਕਸ਼ਨ ਸੀਰੀਜ਼ ਦੇ ਵਿੱਚ ਮੈਂ ਕਰਵਾਇਆ ਸੀਗਾ, ਉਹਨੂੰ ਆਇਆ ਵੀ ਸੀਗਾ, ਅਤੇ ਪੋਸਟ ਡੇਟਡ ਚੈੱਕ ਕਿਹਾ ਸੀਗਾ ਗਾਂਧੀ ਜੀ ਨੇ, ਤਾਂ ਇਹਦਾ ਆਨਸਰ ਆਜੂਗਾ ਦੂਸਰਾ ਲਾਰਡ ਲਿਨਲਿਥਗੋ। ਠੀਕ ਹੈ, ਵਿੱਚ ਸਿੱਖ ਗੁਰੂ ਵਾਜ ਐਗਜੀਕਿਊਟਡ ਬਾਏ ਔਰੰਗਜ਼ੇਬ, ਤਾਂ ਇਹ ਸੌਖਾ ਕੁਸ਼ਚਨ। ਠੀਕ ਹੈ, ਗੁਰੂ ਤੇਗ ਬਹਾਦਰ ਜੀ ਸੀਗੇ ਜਿਹੜੇ 9th ਗੁਰੂ ਆਫ ਆਪਣੇ ਸਿੱਖਾਂ ਦੇ 9ਵੇਂ ਗੁਰੂ ਹੈ। ਠੀਕ ਹੈ, ਜਿਨ੍ਹਾਂ ਨੇ ਔਰੰਗਜ਼ੇਬ ਦੇ ਯਾਨੀ ਕਿ 1675 ਦੇ ਵਿੱਚ ਔਰੰਗਜ਼ੇਬ ਦੁਆਰਾ ਜਿਹੜੇ ਐਗਜੀਕਿਊਟ ਹੋ ਗਏ ਸੀਗੇ, ਅਤੇ ਇਹਨਾਂ ਨੂੰ ਕੁਸ਼ਚਨ ਇੱਕ ਆ ਜਾਂਦਾ ਕਿ ਹਿੰਦ ਦੀ ਚਾਦਰ ਕਿਹਨੂੰ ਕਿਹਾ ਜਾਂਦਾ ਹੈਗਾ, ਤਾਂ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਜਾਂਦਾ। ਹਿੰਦ ਦੀ ਚਾਦਰ ਦਾ ਜੇ ਇੰਗਲਿਸ਼ 'ਚ ਕਈ ਵਾਰੀ ਮੀਨਿੰਗ ਆ ਜਾਂਦਾ ਵੀ ਇੰਗਲਿਸ਼ ਦਾ ਮੀਨਿੰਗ ਕੀ ਆ, ਤਾਂ ਸ਼ੀਲਡ ਆਫ ਇੰਡੀਆ, ਦਾ ਸ਼ੀਲਡ ਆਫ ਇੰਡੀਆ, ਤਾਂ ਸ਼ੀਲਡ ਆਫ ਇੰਡੀਆ ਇਹਨਾਂ ਨੂੰ ਕਿਹਾ ਜਾਂਦਾ ਹੈਗਾ, ਹਿੰਦ ਦੀ ਚਾਦਰ। ਠੀਕ ਹੈ, ਅਤੇ 1675 ਦੇ ਵਿੱਚ ਐਗਜੀਕਿਊਟ ਔਰੰਗਜ਼ੇਬ ਦੁਆਰਾ ਇਹਨਾਂ ਨੂੰ ਦਿੱਲੀ ਦੇ ਵਿੱਚ ਕੀਤਾ ਗਿਆ ਸੀਗਾ। ਅਤੇ ਕਿਉਂ ਕੀਤਾ ਗਿਆ ਸੀ, ਕਿਉਂਕਿ ਇਹਨਾਂ ਨੇ ਸੈਕਰੀਫਾਈਸ ਦਿੱਤਾ ਸੀਗਾ ਕਿਹਨੂੰ ਪ੍ਰੋਟੈਕਟ ਕਰਨ ਵਾਸਤੇ, ਹਿੰਦੂ ਜਿਹੜੇ ਕਿ ਯਾਨੀ ਕਿ ਕਸ਼ਮੀਰੀ ਪੰਡਿਤ ਸੀਗੇ, ਉਹਨਾਂ ਨੂੰ ਜਦੋਂ ਕਿਹਾ ਗਿਆ ਸੀ ਤੁਸੀਂ ਇਸਲਾਮ ਕਬੂਲ ਕਰੋ, ਇਸਲਾਮ ਧਰਮ ਨੂੰ ਕਨਵਰਜ਼ਨ ਕਰੋ, ਤਾਂ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਨੂੰ ਪ੍ਰੋਟੈਕਟ ਕੀਤਾ ਸੀਗਾ। ਠੀਕ ਹੈ, ਅਤੇ ਇਹਦਾ ਆਨਸਰ ਆਜੂਗਾ ਗੁਰੂ ਤੇਗ ਬਹਾਦਰ ਜੀ, 3rd ਆਪਸ਼ਨ। ਦਾ ਮੋਸਟ ਕੋਮਨ ਮੈਜਰ ਆਫ ਐਸਟੀਮੇਟਿੰਗ ਇਨਫਲੇਸ਼ਨ ਇਨ ਇੰਡੀਆ, ਤਾਂ ਜਿਹੜਾ ਜਿਹੜਾ ਇਨਫਲੇਸ਼ਨ ਨੂੰ ਮਤਲਬ ਮਹਿੰਗਾਈ ਦਰ ਨੂੰ ਯਾਨੀ ਕਿ ਜਿਹੜੀ ਉਹਨੂੰ ਐਸਟੀਮੇਟ ਕਰਨ ਵਾਸਤੇ ਕਿਵੇਂ ਉਹਨੂੰ ਮੈਜਰ ਕੀਤਾ ਜਾਂਦਾ ਹੈਗਾ, ਪ੍ਰਾਈਸ ਇੰਡੈਕਸ, ਹੋਲ ਸੇਲ ਪ੍ਰਾਈਸ ਇੰਡੈਕਸ, ਕੰਜ਼ਿਊਮਰ ਪ੍ਰਾਈਸ ਇੰਡੈਕਸ, ਪ੍ਰਾਈਸ ਇੰਡੈਕਸ ਆਫ ਇੰਡਸਟਰੀਅਲ ਗੁੱਡਸ, ਤਾਂ WPI ਜਿਹੜਾ ਹੈਗਾ ਗਾ, ਇਸ ਦੇ ਦੁਆਰਾ ਆਪਾਂ ਇਨਫਲੇਸ਼ਨ ਨੂੰ ਐਸਟੀਮੇਟ ਕਰ ਦਿਆਂਗੇ, ਤਾਂ WPI ਮਤਲਬ ਹੋਲ ਸੇਲ ਪ੍ਰਾਈਸ ਇੰਡੈਕਸ। ਠੀਕ ਹੈ, ਤਾਂ ਇਹਦਾ ਆਨਸਰ ਆਜੂਗਾ ਦੂਸਰਾ। ਮੈਜਰਿੰਗ ਇਨਕਰੀਜ਼ ਦਾ ਗਰੋਥ ਆਫ ਪਲਾਂਟਸ, ਤਾਂ ਗਰੋਥ ਆਫ ਪਲਾਂਟਸ ਨੂੰ ਜਿਹੜੀ ਉਹਦੀ ਇਨਕਰੀਜ਼ ਯਾਨੀ ਕਿ ਉਹਦੀ ਗਰੋਥ ਹੁੰਦੀ ਹੈਗੀ, ਉਹਨੂੰ ਮੈਜਰ ਕਿਵੇਂ ਕੀਤਾ ਜਾਂਦਾ ਹੈਗਾ, ਕਿਹਦੇ ਦੁਆਰਾ ਕੀਤਾ ਜਾਂਦਾ ਹੈਗਾ, ਐਗਜ਼ੈਨੋਮੀਟਰ, ਹੈਮੈਸਾਈਟੋਮੀਟਰ, ਸਪੈਕਟੋਫੋਟੋਮੀਟਰ, ਕੈਲੋਰੀਮੀਟਰ। ਠੀਕ ਹੈ, ਤਾਂ ਇਹਦਾ ਆਨਸਰ ਆਜੂਗਾ, ਪਹਿਲਾਂ ਮੈਂ ਤੁਹਾਨੂੰ ਐਲੀਮੀਨੇਟ ਕਰਨੇ ਸਿਖਾ ਦਿੰਦਾ, ਹੇਮਾ ਦਾ ਮਤਲਬ ਮੈਂ ਦੱਸਿਆ ਸੀਗਾ, ਬਾਕੀ ਹਾਂ ਤੁਹਾਨੂੰ ਪਹਿਲਾਂ ਦੱਸ ਦੇਣਾ ਕਿ ਜਿਵੇਂ ਸਟੱਡੀ ਆ ਗਈ, ਮੈਜਰਮੈਂਟ ਆ ਗਿਆ, ਤਾਂ ਜਿਹੜੀ ਸਟੱਡੀ ਆਫ ਇਹ ਮੈਂ ਜਦੋਂ ਚੈਨਲ ਸਟਾਰਟ ਕੀਤਾ ਸੀ ਨਾ, ਤਾਂ ਸ਼ੁਰੂ ਦੇ ਵਿੱਚ ਮੈਂ ਇੰਗਲਿਸ਼ ਵਗੈਬ ਕਰਵਾਈ ਸੀਗੀ, ਉਹ ਹਾਲਾਂਕਿ ਐਵੇਂ ਤਾਂ ਨਹੀਂ ਸੀਗੀਆਂ, ਸਲਾਈਡਸ ਵਗੈਰਾ ਤਾਂ ਨਹੀਂ ਸੀ, ਕਾਪੀ ਵਗੈਰਾ ਤੋਂ ਕਰਵਾਈ ਹੋਣਗੀਆਂ ਮੈਂ, ਬਾਕੀ ਇਹ ਹੋ ਸਕਦਾ ਕਿ ਸਟੱਡੀ ਆਫ ਦੀ ਤੁਹਾਨੂੰ ਸਲਾਈਡਸ ਥਰੂ ਮਿਲ ਜੇ, ਤਾਂ ਕਾਪੀ ਦੇ ਵੀ ਕੋਈ ਬੁਰੀ ਨਹੀਂ ਸੀਗੀਆਂ, ਉਹ ਵਧੀਆ ਸੀ ਸਲਾਈਡਸ, ਅਤੇ ਤੁਸੀਂ ਯਾਨੀ ਕਿ ਉਸ ਪਲੇਲਿਸਟ ਦੇ ਵਿੱਚ ਆ ਕੇ ਨਾ ਇੰਗਲਿਸ਼ ਵਕੈਬ ਕਰਕੇ ਇੱਕ ਕੋਲਮ ਆਊਗਾ, ਤੁਸੀਂ ਉੱਥੇ ਕਲਿੱਕ ਕਰ ਸਕਦੇ ਹੋ, ਉੱਥੇ ਜਿੰਨੀ ਵਕੈਬ ਮੈਂ ਕਰਵਾਈ ਹੋਈ ਆ ਉਹਦੇ ਵਿੱਚ ਸਟੱਡੀ ਆਫ ਦੇ ਜਿੰਨੇ ਸੀਗੇ ਪਾਰਟ ਉਹ ਮੈਂ ਕਰਵਾਏ ਹੋਇਆ, ਜਿੰਨੀਆਂ ਵੀ ਸਟੱਡੀ ਆਫ ਪਲਾਂਟਸ, ਸਟੱਡੀ ਆਫ ਫੋਸਿਲਸ, ਸਟੱਡੀ ਆਫ ਯੇ ਵੋ, ਜਿੰਨੀਆਂ ਵੀ ਸਟੱਡੀ ਆਫ ਮੈਕਸੀਮਮ ਮੈਂ ਕਰਵਾਈਆਂ ਵੀ ਆ, ਤੁਸੀਂ ਉਹ ਜਾ ਕੇ ਕਰ ਲਿਓ। ਠੀਕ ਆ, ਤਾਂ ਇਨਕਰੀਜ਼ਿੰਗ ਦਾ ਗਰੋਥ ਆਫ ਪਲਾਂਟਸ, ਇਹਦੀ ਮੈਜਰਮੈਂਟ ਜਿਹੜੀ ਹੁੰਦੀ ਹੈਗੀ। ਅੱਛਾ, ਹੇਮਾ ਦਾ ਮਤਲਬ ਮੈਂ ਦੱਸ ਰਿਹਾ ਸੀਗਾ, ਹੇਮਾ ਦਾ ਮਤਲਬ ਹੁੰਦਾ ਹੈਗਾ ਬਲੱਡ। ਠੀਕ ਹੈ, ਤਾਂ ਬਲੱਡ ਸੈੱਲ ਜਿਹੜੇ ਕਾਊਂਟ ਹੁੰਦੇ ਆ, ਬਲੱਡ ਸੈੱਲ ਕਾਊਂਟਿੰਗ ਹੁੰਦੀ ਆ, ਉਹ ਕਿਹਦੇ ਦੁਆਰਾ ਕੀਤੀ ਜਾਂਦੀ ਹੈਗੀ, ਹੈਮੈਸਾਈਟੋਮੀਟਰ। ਠੀਕ ਹੈ, ਸਾਈਟੋ ਹੁੰਦਾ ਹੈਗਾ ਸੈੱਲ,
ਜੇ ਰੂਟ ਵਰਡ ਹੈ, ਠੀਕ ਹੈ, ਸੈੱਲ ਅਤੇ ਹੇਮਾ ਹੋ ਗਿਆ ਬਲੱਡ, ਤਾਂ ਬਲੱਡ ਸੈੱਲਸ ਨੂੰ ਕਾਊਂਟ ਕਰਨ ਲਈ ਹਿਮਾਸਾਈਟੋਮੀਟਰ, ਠੀਕ ਹੈ, ਅਤੇ ਜਿਹੜੀ ਸਪੈਕਟ੍ਰੋਫੋਟੋਮੀਟਰ ਤਾਂ ਫੋਟੋਸਿੰਥੇਸਿਸ ਜਿਹੜੀ ਆਪਾਂ ਪੜ੍ਹਦੇ ਹੁੰਦੇ ਲਾਈਟ ਦੀ ਇੰਟੈਂਸਿਟੀ ਨੂੰ ਮੈਜਰ ਕਰਨ ਵਾਸਤੇ, ਮਤਲਬ ਇੰਟੈਂਸਿਟੀ ਨੂੰ ਮੈਜਰ ਕਰਨ ਵਾਸਤੇ ਇਹ ਵਰਤਿਆ ਜਾਂਦਾ ਗਾ, ਠੀਕ ਹੈ, ਅਤੇ ਕੈਲੋਰੀਮੀਟਰ ਜਿਹੜੀ ਉਹ ਆਪਾਂ ਕਿੰਨਾ ਹੀਟ ਕੰਜ਼ਿਊਮ ਕਰਦੇ ਹਾਂ, ਕਿੰਨੀ ਹੀਟ ਆਪਾਂ ਕੱਢਦੇ ਹਾਂ, ਠੀਕ ਹੈ, ਉਹਨੂੰ ਇਹ ਮੈਜਰ ਕਰਨ ਵਾਸਤੇ ਕੈਲੋਰੀਮੀਟਰ ਮੰਨੀ ਜਾਂਦੀ, ਤਾਂ ਪਹਿਲਾ ਆਂਸਰ ਆਜੂਗਾ ਐਗਜ਼ੈਨੋਮੀਟਰ, ਠੀਕ ਹੈ। ਤਾਂ ਇੰਗਲਿਸ਼ ਆ ਗਈ ਜੀ, ਇੰਗਲਿਸ਼ ਸਿਲੈਕਟ ਦਾ ਐਂਟੋਨੀਮ ਆਫ ਫਿਡਗੇਟੀ, ਠੀਕ ਹੈ, ਤਾਂ ਇਹਦਾ ਆਂਸਰ ਆਜੂਗਾ, ਦੇਖੋ ਤੁਸੀਂ ਕੰਪੋਜ਼ਡ ਰੈਸਟਿਵ ਵਿੱਚ ਹੀ ਐਂਡ ਸੀ, ਚਲੋ ਇੱਥੇ ਤਾਂ ਥੋੜ੍ਹੇ ਜਿਹੇ ਆਹ ਤੁਹਾਨੂੰ ਨਹੀਂ ਪਤਾ ਹੋਣਗੇ, ਠੀਕ ਹੈ, ਨਹੀਂ ਤਾਂ ਐਲੀਮੀਨੇਟ ਕਰਨ ਦਾ ਤਰੀਕਾ ਇਹ ਹੁੰਦਾ ਗਾ ਕਿ ਜੇ ਤੁਹਾਨੂੰ ਪਤਾ ਨਾ ਹੋਵੇ ਤਾਂ ਤੁਸੀਂ ਐਂ ਦੇਖ ਲਓ ਕਿ ਇਹਨਾਂ ਤਿੰਨਾਂ ਦਾ ਮੀਨਿੰਗ ਸੇਮ ਹੈ, ਠੀਕ ਹੈ, ਤੁਹਾਨੂੰ ਨਹੀਂ ਪਤਾ ਵੈਸੇ, ਚਲੋ ਫਿਰ ਵੀ ਜੇ ਇਹਨਾਂ ਨੂੰ ਪਤਾ ਵੈਰੀ ਗੁੱਡ ਹੈ ਤਾਂ ਇਹਨਾਂ ਦਾ ਤਿੰਨਾਂ ਦਾ ਮਤਲਬ ਲਗਭਗ ਸੇਮ ਆ, ਤਾਂ ਇਹਦਾ ਆਂਸਰ ਇਹ ਆਜੂਗਾ। ਐਵੇਂ ਵੀ ਹੋ ਜਾਂਦਾ ਹੁੰਦਾ ਕਈ ਵਾਰੀ, ਤੁਹਾਨੂੰ ਇਹਦਾ ਮੀਨਿੰਗ ਨਹੀਂ ਪਤਾ ਹੁੰਦਾ, ਤਾਂ ਬਾਕੀ ਜਿਹੜੇ ਤਿੰਨ ਹੁੰਦੇ ਉਵੇਂ ਪਤਾ ਲੱਗ ਜਾਂਦਾ ਕਿ ਇਹਨਾਂ ਤਿੰਨਾਂ ਦਾ ਮੀਨਿੰਗ ਸੇਮ ਆ, ਅਤੇ ਕੱਢ ਰਹਿ ਗਿਆ ਔਡ ਵਨ ਆਊਟ ਕਰ ਦਿਓ, ਠੀਕ ਹੈ। ਤਾਂ ਇਹਦਾ ਜਿਹੜਾ ਆਂਸਰ ਆਜੂਗਾ ਉਹ ਆਜੂਗਾ ਕੰਪੋਜ਼ਡ। ਬੇਸਿਕਲੀ ਜਿਹੜਾ ਫਿਡਗੇਟ ਦਾ ਮਤਲਬ ਹੁੰਦਾ ਗਾ ਉਹ ਹੁੰਦਾ ਗਾ, ਯਾਨੀ ਕਿ ਰੈਸਟਲੈਸ ਕਹਿ ਸਕਦੇ ਹੋ ਤੁਸੀਂ, ਬੋਰ ਕਹਿ ਸਕਦੇ ਹੋ, ਬੋਰਿੰਗ ਕਹਿ ਸਕਦੇ ਹੋ, ਠੀਕ ਹੈ, ਰੈਸਟਲੈਸ ਕਹਿ ਸਕਦੇ ਹੋ, ਬੋਰਿੰਗ ਕਹਿ ਸਕਦੇ ਹੋ। ਕੰਪੋਜ਼ ਦਾ ਮਤਲਬ ਹੁੰਦਾ ਕਾਮ, ਠੀਕ ਹੈ, ਠੰਡੇ ਸੁਭਾਅ ਵਾਲਾ, ਸ਼ਾਂਤ ਸੁਭਾਅ ਦਾ, ਐਂ ਕਹਿ ਸਕਦੇ ਹੋ, ਠੀਕ ਹੈ। ਤਾਂ ਫਿਡਗੇਟ ਦਾ ਮਤਲਬ ਹੁੰਦਾ ਗਾ ਬੋਰਿੰਗ ਹੁੰਦਾ ਗਾ, ਠੀਕ ਹੈ, ਰੈਸਟਲੈਸ ਵੀ ਕਹਿ ਸਕਦੇ ਹੋ, ਠੀਕ ਹੈ। ਤਾਂ ਟਵਿਚ ਦਾ ਮਤਲਬ ਜਿਹੜਾ ਹੁੰਦਾ ਗਾ, ਟਵਿਚ ਦਾ ਥੋੜ੍ਹਾ ਜਿਹਾ ਹਟ ਕੇ ਮੀਨਿੰਗ ਆ, ਟਵਿਚ ਦਾ ਮਤਲਬ ਹੁੰਦਾ ਝਟਕਾ, ਠੀਕ ਹੈ, ਝਟਕਾ ਹੁੰਦਾ ਗਾ, ਮਤਲਬ ਜਦੋਂ ਆਪਾਂ ਕਿਸੇ ਨੂੰ ਸਟ੍ਰਕ ਕਰਦੇ ਹਾਂ, ਹੈ ਨਾ, ਤਾਂ ਉਹ ਟਵਿਚੀ, ਟਵਿਚ ਟਵਿਚ ਕਹਿੰਦੇ ਹਾਂ ਟਵਿਚ, ਠੀਕ ਹੈ। ਤਾਂ ਬਾਕੀਆਂ ਦਾ ਮੀਨਿੰਗ ਸੇਮ ਹੈ। ਐਂਟੋਨਿਮ ਦੱਸਣਾ ਸੀ ਆਪਾਂ ਇਹਦੇ ਵਿੱਚ, ਧਿਆਨ ਦੇ ਲਿਓ, ਓਪੋਜ਼ਿਟ ਦੱਸਣਾ ਸੀ। ਤਾਂ ਸ਼ੀ ਵਾਜ਼ ਅਨਵਾਇਡ ਵੈਨ ਹੀ ਫਾਊਂਡ ਦੈਟ ਦ ਚੂਇੰਗਮ ਵਾਜ਼ ਸਟਕ ਟੂ ਹਰ ਹੇਅਰ। ਤਾਂ ਇਹਦੇ ਵਿੱਚ ਕਿਹੜੀ ਐਰਰ ਹੈ? ਤਾਂ ਸ਼ੀ ਵਾਜ਼ ਅਨਵਾਇਡ ਵੈਨ ਹੀ ਫਾਊਂਡ ਦੈਟ, ਤਾਂ ਤੁਸੀਂ ਪਹਿਲਾਂ ਐਰਰ, ਜੇ ਤੁਹਾਨੂੰ ਨਾ ਮਿਲੇ ਐਰਰ, ਤਾਂ ਤੁਸੀਂ ਪਹਿਲਾਂ ਇਹ ਦੇਖ ਲਿਆ ਕਰੋ ਕਿ ਪਾਸਟ 'ਚ ਸੈਂਟੈਂਸ ਸਟਾਰਟ ਹੋਇਆ ਅਤੇ ਉਹ ਪਾਸਟ 'ਚ ਹੀ ਜਾਣਾ ਚਾਹੀਦਾ, ਜਿਵੇਂ ਕਿ ਸ਼ੀ ਵਾਜ਼ ਅਨਵਾਇਡ, ਠੀਕ ਹੈ, ਵੈਨ ਹੀ ਫਾਊਂਡ, ਵੈਰੀ ਗੁੱਡ, ਦਾ ਚੂਇੰਗਮ ਵਾਜ਼ ਵੈਰੀ ਨਾਈਸ, ਤਾਂ ਇਹਦੇ ਵਿੱਚ ਕੋਈ ਵੀ ਐਰਰ ਨਹੀਂ ਹੈਗੀ। ਬੇਸਿਕਲੀ ਜਦੋਂ ਵੀ ਸਿੰਪਲ, ਜਿਵੇਂ ਕੋਈ ਸਿੰਪਲ ਸੈਂਟੈਂਸ ਆ, ਤਾਂ ਸਿੰਪਲ ਸੈਂਟੈਂਸ ਦੇ ਵਿੱਚ ਵਾਜ਼ ਵਰਬਾਂ ਦੀ, ਯਾਨੀ ਕਿ ਜਿਹੜੀ ਜ਼ਿਆਦਾਤਰ ਐਰਰ ਦੇਖਣ ਨੂੰ ਮਿਲਦੀ ਹੈ, ਤਾਂ ਇਹਦੇ ਵਿੱਚ ਨੋ ਐਰਰ ਆਜੂਗਾ। ਐਕਟਿਵ ਪੈਸਿਵ, ਸਮ ਵਨ ਗੇਵ ਦਾ ਓਲਡ ਮੈਨ ਅ ਪੁਸ਼, ਠੀਕ ਹੈ, ਤਾਂ ਇਹਦੇ ਵਿੱਚ ਵੀ ਐਲੀਮੀਨੇਟ ਮੈਥਡ ਤੁਸੀਂ ਕਰਨਾ ਗਾ, ਠੀਕ ਹੈ, ਜਿਵੇਂ ਕਿ ਦਾ ਓਲਡ ਮੈਨ ਗੋਟ, ਤਾਂ ਤੁਸੀਂ ਦੇਖੋ ਕਿ ਗੇਵ ਹੈ, ਇੱਥੇ ਗੋਟ ਹੈ, ਪਹਿਲਾਂ ਗਲਤ ਹੋ ਗਿਆ। ਸਮ ਬੋਡੀ, ਸਮ ਬੋਡੀ, ਸਮ ਵਨ, ਤਾਂ ਇਹ ਗਲਤ ਹੋ ਗਿਆ, ਠੀਕ ਹੈ, ਆ ਹੀ ਨਹੀਂ ਸਕਦਾ। ਦਾ ਓਲਡ ਮੈਨ ਵਾਜ਼ ਬੀਂਗ, ਤਾਂ ਬੀਂਗ ਕਿੱਥੇ ਆਉਂਦਾ ਹੁੰਦਾ? ਜਿੱਥੇ ਆਈ ਐਨ ਜੀ, ਮਤਲਬ ਵਰਬ ਪਲੱਸ ਆਈ ਐਨ ਜੀ ਹੋਵੇ, ਉੱਥੇ ਆਪਾਂ ਬੀਂਗ ਲਾਉਂਦੇ ਹੁੰਦੇ, ਤਾਂ ਇੱਥੇ ਤਾਂ ਗੇਵ ਹੈ ਸੈਕੰਡ ਵਰਬ, ਠੀਕ ਹੈ, ਤਾਂ ਇਹ ਵੀ ਗਲਤ ਹੋ ਗਿਆ, ਤਾਂ ਇਹਦਾ ਆਂਸਰ ਇਹ ਆ ਗਿਆ। ਉਹਨੂੰ ਪੜ੍ਹਨ ਦੀ ਵੀ ਲੋੜ ਨਹੀਂ, ਬਾਕੀ ਪੜ੍ਹ ਲਓ ਇੱਕ ਵਾਰੀ। ਏ ਪੁਸ਼ ਵਾਜ਼, ਕਿਉਂਕਿ ਸੈਕੰਡ ਵਰਬ ਹੈ, ਤਾਂ ਵਾਜ਼ ਆ ਗਿਆ, ਗਿਵਨ ਟੂ ਦਾ ਓਲਡ ਮੈਨ ਬਾਏ ਸਮ ਵਨ, ਭਾਵੇਂ ਲਾ ਦਿਓ ਭਾਵੇਂ ਨਾ ਲਾਓ, ਕੋਈ ਚੱਕਰ ਨਹੀਂ, ਠੀਕ ਹੈ। ਉਸ ਤੋਂ ਬਾਅਦ ਆ ਗਿਆ, ਦਾ ਪੈਸੰਜਰਸ ਵਰ ਵੇਟਡ ਫੋਰ ਦਾ ਫਲਾਈਟ ਐਟ ਦਾ, ਦੋ ਵਾਰੀ ਲਿਖਤਾ ਐਟ, ਸੋਰੀ, ਠੀਕ ਹੈ, ਐਟ ਦਾ ਇਮੀਗ੍ਰੇਸ਼ਨ ਲੋਬੀ ਫੋਰ ਲੌਂਗ। ਤਾਂ ਫੋਰ ਜਦੋਂ ਆ ਜੇ, ਫੋਰ ਸੈਂਸ ਦਾ ਕੰਸੈਪਟ ਮੈਂ ਵੈਸੇ ਕੰਪਲੀਟਲੀ ਇੰਗਲਿਸ਼ ਦੇ ਵਿੱਚ ਪੜ੍ਹਾ ਦੂੰਗਾ ਗ੍ਰਾਮਰ ਦੇ ਵਿੱਚ, ਜਦੋਂ ਮੈਂ ਗ੍ਰਾਮਰ ਸਟਾਰਟ ਕਰ ਹੀ ਦਿੱਤੀ। ਬੇਸਿਕਲੀ ਜਦੋਂ ਫੋਰ ਸੈਂਸ ਆਉਂਦਾ ਹੁੰਦਾ, ਤਾਂ ਫੋਰ ਹੁੰਦਾ ਗਾ ਪੀਰੀਅਡ ਆਫ ਟਾਈਮ ਵਾਸਤੇ, ਤਾਂ ਜਦੋਂ ਵੀ ਪੀਰੀਅਡ ਆਫ ਜਿਹੜਾ ਸੈਂਸ ਹੁੰਦਾ ਗਾ ਉਹ ਪੁਆਇੰਟ ਆਫ ਟਾਈਮ ਹੁੰਦਾ, ਯਾਨੀ ਕਿ ਇੱਥੇ ਫਿਕਸ ਟਾਈਮ ਹੁੰਦਾ ਸੈਂਸ 'ਤੇ, ਫੋਰ 'ਤੇ ਯਾਨੀ ਕਿ ਇਹਦੇ ਵਿੱਚ ਵੀ ਟਾਈਮ ਹੁੰਦਾ, ਇਹਦੇ ਵਿੱਚ ਪੀਰੀਅਡ ਹੁੰਦਾ ਗਾ, ਇਹਦੇ ਵਿੱਚ ਪੁਆਇੰਟ ਹੁੰਦਾ ਗਾ। ਤਾਂ ਪੀਰੀਅਡ ਮਤਲਬ ਯਾਨੀ ਕਿ ਉਦੋਂ ਫੋਰ, ਤਾਂ ਉਹਦੇ ਵਿੱਚ ਜਿਹੜਾ ਆਪਾਂ ਗ੍ਰਾਮਰ ਦਾ ਰੂਲ ਵਰਤਦੇ ਹਾਂ, ਉਹਦੇ ਵਿੱਚ ਪਰਫੈਕਟ ਕੰਟੀਨਿਊਸ ਟੈਂਸ ਆਉਂਦਾ ਗਾ, ਪਰਫੈਕਟ ਕੰਟੀਨਿਊਸ ਟੈਂਸ ਆਊਗਾ। ਤਾਂ ਠੀਕ ਹੈ, ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ, ਹੈਡ ਵੇਟ ਤਾਂ ਨਹੀਂ ਹੋ ਸਕਦਾ, ਹੈਡ ਵੀ ਬੀਨ ਵੇਟਡ, ਤਾਂ ਇੱਥੇ ਵੇਟਡ ਬੀਨ ਦੇ ਨਾਲ ਤਾਂ ਪਹਿਲੀ ਗੱਲ ਵੇਟਿੰਗ ਹੀ ਲੱਗਦਾ, ਤਾਂ ਵੈਸੇ ਹੀ ਗਲਤ ਹੋ ਗਿਆ। ਤਾਂ ਹੈਵ ਬੀਨ ਵੇਟਿੰਗ ਇਹਦਾ ਆਂਸਰ ਆਜੂਗਾ, ਨੋ ਇੰਪਰੂਵਮੈਂਟ, ਤਾਂ ਸੀ ਇਹਦਾ ਆਂਸਰ ਆਜੂਗਾ। ਇਨਡਾਇਰੈਕਟ ਨਰੇਸ਼ਨ, ਇਨਡਾਇਰੈਕਟ ਡਾਇਰੈਕਟ ਸਪੀਚ, ਗੀਤਾ ਸੈਡ ਆਈ ਬੌਟ ਏ ਹੋਂਡਾ ਸਿਟੀ ਯੈਸਟਰਡੇ, ਤਾਂ ਇਹਨੂੰ ਵੀ ਤੁਸੀਂ ਐਲੀਮੀਨੇਟ ਨਾ ਕਰ ਸਕਦੇ ਹੋ, ਕਿਉਂਕਿ ਜਦੋਂ ਵੀ ਤੁਹਾਨੂੰ ਪਤਾ ਕਿ ਨਰੇਸ਼ਨ ਦੇ ਵਿੱਚ ਜਦੋਂ ਵੀ ਯਾਨੀ ਕਿ ਸੈਟਰਡੇ ਜਿਹੜਾ ਹੁੰਦਾ ਗਾ ਉਹ ਦਾ ਪ੍ਰੀਵੀਅਸ ਡੇ
ਦੇ ਤੌਰ 'ਤੇ ਵਰਤਿਆ ਜਾਂਦਾ ਕਿ ਜਦੋਂ ਉਹਨੂੰ ਆਪਾਂ ਬਦਲਦੇ ਹਾਂ। ਠੀਕ ਹੈ, ਤਾਂ ਕਹਿਣ ਦਾ ਮਤਲਬ ਸੈਟਰਡੇ ਸੈਟਰਡੇ ਐਲੀਮੀਨੇਟ ਦਾ ਪ੍ਰੀਵੀਅਸ ਡੇ ਦਾ ਪ੍ਰੀਵੀਅਸ ਡੇ, ਇਹਨਾਂ ਨੂੰ ਤੁਸੀਂ ਦੇਖ ਲਓ, ਪਹਿਲਾਂ ਤਾਂ ਸਿੱਧੇ ਰਿਜੈਕਟ ਕਰ ਦਿਉ। ਐਲੀਮੀਨੇਟ ਕਰਨ ਦਾ ਤਰੀਕਾ ਦੱਸਦਾ ਤੁਹਾਨੂੰ ਮੈਂ। ਠੀਕ ਹੈ, ਫਿਰ ਤੁਹਾਨੂੰ ਪਤਾ ਦੂਸਰਾ ਰੂਲ ਕਿ ਜਦੋਂ ਪਾਸਟ ਸੈਂਟੈਂਸ ਹੋਵੇ ਤਾਂ ਇੱਥੇ ਇਹ ਪਰਫੈਕਟ ਦੇ ਵਿੱਚ ਚੇਂਜ ਹੋ ਜਾਂਦਾ, ਤਾਂ ਇਹ ਦੇਖ ਲਓ, ਤਾਂ ਪਰਫੈਕਟ ਦੇ ਵਿੱਚ ਚੇਂਜ ਆ, ਪਰਫੈਕਟ ਦੇ ਵਿੱਚ ਚੇਂਜ ਆ, ਤਾਂ ਵੈਰੀ ਨਾਈਸ। ਠੀਕ ਹੈ, ਫਿਰ ਤੁਹਾਨੂੰ ਪਤਾ ਕਿ ਜਦੋਂ ਇਹਨੂੰ ਆਪਾਂ ਚੇਂਜ ਕਰਦੇ ਹਾਂ ਤਾਂ ਸੈਡ ਦੈਟ ਆਊਗਾ। ਠੀਕ ਹੈ, ਤਾਂ ਸੈਡ ਇੱਥੇ ਦੈਟ ਹੈ ਨਹੀਂ, ਇੱਥੇ ਦੈਟ ਹੈਗਾ ਤਾਂ ਆਨਸਰ 4 ਆਨਸਰ। ਠੀਕ ਹੈ, ਐਵੇਂ ਤਰੀਕਾ ਹੁੰਦਾ ਇਹਨੂੰ ਕਰਨ ਦਾ, ਜੇ ਤੁਹਾਨੂੰ ਥੋੜ੍ਹੇ ਥੋੜ੍ਹੇ ਰੂਲ ਵੀ ਪਤਾ ਹੈ। ਸਿਲੈਕਟ ਦਾ ਸੈਨੋਨਮ ਆਫ ਡਿਪਰਾਈਵ, ਤਾਂ ਡਿਪਰਾਈਵ ਦਾ ਸੈਨੋਨਮ ਕੀ ਹੁੰਦਾ ਹੈਗਾ, ਡਿਪਰਾਈਵ ਦਾ ਮੀਨਿੰਗ ਹੁੰਦਾ ਬੇਸਿਕਲੀ ਕਿਸੇ ਨੂੰ ਕਿਸੇ ਚੀਜ਼ ਤੋਂ ਪ੍ਰੋਟੈਕਟ ਕਰਨਾ, ਟੂ ਪ੍ਰੋਟੈਕਟ ਸਮ ਬੋਡੀ ਫੋਰ ਫਰੋਮ ਡੂਇੰਗ ਸਮਥਿੰਗ। ਠੀਕ ਹੈ, ਕੋਈ ਵੀ ਕੁਛ ਕਰਦਾ ਹੈਗਾ ਉਹਦੇ ਤੋਂ ਪ੍ਰੋਟੈਕਟ ਕਰਨਾ। ਠੀਕ ਹੈ, ਬੈਸਟੋ ਕੌਨਫਰ ਡਿਸਪੋਜ਼ਿਸ, ਤਾਂ ਐਂਡੋ ਤਾਂ ਇਹਦਾ ਆ ਜਾਊਗਾ, ਡਿਸਪੋਜ਼ਿਸ ਆਨਸਰ, ਯਾਨੀ ਕਿ ਉਹਨੂੰ ਰੋਕਣਾ ਕਿਸੇ ਚੀਜ਼ ਤੋਂ। ਡਿਪਰਾਈਵ ਦੇ ਨਾਲ ਇੱਕ ਯਾਦ ਕਰ ਲਓ, ਡਿਪਰਾਈਵ ਦੇ ਨਾਲ ਹਮੇਸ਼ਾ ਔਫ ਲੱਗਦਾ, deprive of, ਠੀਕ ਹੈ, ਪ੍ਰੈਪੋਜੀਸ਼ਨ ਯਾਦ ਕਰ ਲਓ, ਡਿਪਰਾਈਵਡ ਆਫ ਹਮੇਸ਼ਾ ਆਫ ਲੱਗਦਾ, ਇਹਨੂੰ ਯਾਦ ਰੱਖ ਲਓ। ਠੀਕ ਹੈ, ਨੋਟਸ ਦੇ ਵਿੱਚ ਲਿਖ ਲਓ ਆਪਣੇ ਜਿੱਥੇ ਵੀ ਲਿਖਦੇ ਨੋਟਸ। ਏਡੀਅਮ ਫਰੇਜ਼ ਸਕੇਪ ਗੋਟ, ਸਕੇਪ ਗੋਟ ਬੇਸਿਕਲੀ ਕੀ ਹੁੰਦਾ ਗਾ, ਬਲੀ ਦਾ ਬੱਕਰਾ, ਯਾਨੀ ਕਿ ਆਪਣਾ ਜਿਹਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਕਿ ਉਹਦਾ ਕੋਈ ਕਸੂਰ ਨਹੀਂ, ਉਹ ਬਲੀ ਦਾ ਬੱਕਰਾ ਬਣ ਗਿਆ। ਠੀਕ ਹੈ, ਤਾਂ ਤੁਸੀਂ ਇਹਨੂੰ ਯਾਦ ਕਰ ਸਕਦੇ, ਐਨੀਮਲ ਸੈਕਰੀਫਾਈਜ਼ ਐਜ਼ an offering to God, ਤਾਂ ਨਹੀਂ। The most useful animal or person, ਤਾਂ ਨਹੀਂ। A lucky person who is forgiven for his crimes, so no. ਤਾਂ ਲਾਸਟ ਵਾਲਾ ਆਨਸਰ ਆ ਜੂਗਾ, ਏ ਪਰਸਨ ਹੂ ਇਜ਼ ਬਲੇਮਡ ਫੋਰ ਦੀ ਮਿਸਟੇਕ ਆਫ ਅਦਰਸ, ਯਾਨੀ ਕਿ ਉਹ ਕਿਸੇ ਦੀ ਮਿਸਟੇਕ ਦਾ ਹੁਣ, ਠੀਕ ਆ, ਮਿਸਟੇਕ ਕਿਸੇ ਨੇ ਕੀਤੀ ਸੀਗੀ, ਬਲੀ ਦਾ ਬੱਕਰਾ ਉਹ ਬਣ ਗਿਆ। ਠੀਕ ਆ, ਤਾਂ ਸਕੇਪ ਗੋਟ। ਲੈਟ ਦਾ ਕੈਟ ਆਊਟ ਆਫ ਦਾ ਡੈਸ਼, ਹਾਊਸ, ਬੈਗ, ਵੈਲ, ਕਾਟ। ਜੇ ਤਾਂ ਤੁਹਾਨੂੰ ਈਡੀਅਮ ਪਤਾ ਹੋਇਆ ਕਿ ਇਹ ਈਡੀਅਮ ਇੱਕ, ਤਾਂ ਤੁਸੀਂ ਇਹਦਾ ਆਨਸਰ ਸਹੀ ਲਾ ਸਕਦੇ ਹੋ, ਨਹੀਂ ਤਾਂ ਤੁਹਾਨੂੰ ਐਂ ਲੱਗੂ ਕਿ ਬਿੱਲੀ ਨੇ ਕਿੱਥੋਂ ਨਿਕਲਣਾ ਹੋਣਾ। ਆਪਾਂ ਕਹਿੰਦੇ ਕਿ ਹਾਊਸ 'ਚੋਂ ਵੀ ਹੋ ਸਕਦਾ ਹੈਗਾ, ਬੈਗ 'ਚੋਂ ਤਾਂ ਹੋ ਹੀ ਨਹੀਂ ਸਕਦੀ ਕਿਉਂਕਿ ਬਿੱਲੀ, ਆਪਾਂ ਕਹਾਂਗੇ ਬੈਗ 'ਚ ਕੀ ਕਰਦੀ ਹੈ, ਛੱਡੋ ਪਰੇ, ਬੈਗ ਨੂੰ ਤਾਂ ਆਪਾਂ ਸਾਰਿਆਂ ਨੂੰ ਪਹਿਲਾਂ ਛੱਡਾਂਗੇ, ਉਸ ਤੋਂ ਬਾਅਦ ਵੈਲ ਆ, ਵੈਲ ਦੇ ਵਿੱਚ ਵੀ ਕਾਟ ਵੀ ਛੱਡ ਦਾਂਗੇ ਆਪਾਂ। ਠੀਕ ਹੈ, ਤਾਂ ਕਹਿਣ ਦਾ ਮਤਲਬ, ਸੋਰੀ ਲਾ ਦਾਂਗੇ, ਤਾਂ ਕਹਿਣ ਦਾ ਮਤਲਬ ਆਪਾਂ ਬੈਗ ਸਾਰਿਆਂ ਨੂੰ ਪਹਿਲਾਂ ਛੱਡਾਂਗੇ, ਤਾਂ ਜਿਹਦਾ ਆਨਸਰ ਬੈਗ ਹੀ ਹੈ। ਠੀਕ ਹੈ, ਤਾਂ ਕਹਿਣ ਦਾ ਮਤਲਬ ਕੈਟ ਆਊਟ ਆਫ ਦਾ ਬੈਗ ਇੱਕ ਈਡੀਅਮ ਹੈ। ਠੀਕ ਹੈ, ਤਾਂ ਇਹਨੂੰ ਤੁਸੀਂ ਐਵੇਂ ਹੀ ਯਾਦ ਕਰਨਾ, ਲੈਟ ਦਾ ਕੈਟ ਆਊਟ ਆਫ ਦਾ ਬੈਗ, ਇਹਦਾ ਮਤਲਬ ਹੁੰਦਾ ਗਾ ਟੂ ਟੈਲ ਏ ਸੀਕਰੇਟ ਕੇਅਰਲੈਸਲੀ ਔਰ ਬਾਏ ਮਿਸਟੇਕ, ਯਾਨੀ ਕਿ ਕੋਈ ਵੀ ਤੁਹਾਡਾ ਜਿਹੜਾ ਸੀਕਰੇਟ ਆ ਤੁਸੀਂ ਉਹਨੂੰ ਦੱਸ ਦਿੰਦੇ ਹੋ। ਠੀਕ ਹੈ, ਇਹਨੂੰ ਤੁਸੀਂ ਐਂ ਯਾਦ ਰੱਖ ਸਕਦੇ ਹੋ ਕਿ ਕੈਟ ਆ ਜਿਹੜੀ ਬਿੱਲੀ ਆ, ਯਾਨੀ ਕਿ ਉਹਨੂੰ ਅਸੀਂ ਬੈਗ ਦੇ ਵਿੱਚ ਲੁਕੋਇਆ ਹੋਇਆ ਸੀਗਾ, ਇਹ ਸਾਡਾ ਸੀਕਰੇਟ ਸੀ, ਪਰ ਕਿਸੇ ਨੇ ਬਾਏ ਮਿਸਟੇਕ ਕਹਿ ਸਕਦੇ ਹੋ, ਜਾਂ ਕੀ ਕਹਿ ਸਕਦੇ, ਕੇਅਰਲੈਸ ਹੋ ਕੇ ਉਹਨੇ ਮਤਲਬ ਉਸ ਸੀਕਰੇਟ ਨੂੰ ਰਿਵੀਲ ਕਰਤਾ। ਠੀਕ ਹੈ, ਤਾਂ ਤੁਸੀਂ ਇਹਨੂੰ ਐਂ ਯਾਦ ਕਰ ਸਕਦੇ ਹੋ, ਇਹਦਾ ਮੀਨਿੰਗ ਇਹ ਨਹੀਂ ਹੈਗਾ, ਪਹਿਲਾਂ ਦੱਸ ਦਿੰਦਾ, ਈਡੀਅਮ ਦਾ ਮੀਨਿੰਗ ਜਿਹੜਾ ਆਪਾਂ ਪੰਜਾਬੀ ਦੇ ਵਿੱਚ ਕੱਢਦੇ ਹਾਂ ਕਦੇ ਨਹੀਂ ਹੁੰਦਾ। ਠੀਕ ਹੈ, ਤਾਂ ਲੈਟ ਦਾ ਕੈਟ ਆਫ ਦਾ ਬੈਗ ਆਊਟ ਆਫ ਦਾ ਬੈਗ, ਜੇ ਤੁਹਾਡਾ ਅੱਜ ਤੋਂ ਬਾਅਦ ਕਿਸੇ ਨੇ ਤੁਹਾਡਾ ਸੀਕਰੇਟ ਕਿਸੇ ਨੂੰ ਰਿਵੀਲ ਕਰਤਾ, ਤਾਂ ਤੁਸੀਂ ਉਹਨੂੰ ਐਂ ਕਹਿਣਾ ਗਾ, ਯਾਨੀ ਕਿ ਕੈਟ ਆਊਟ ਆਫ ਦਾ ਬੈਗ, ਯਾਨੀ ਕਿ ਉਹਨੇ ਸੀਕਰੇਟ ਆ ਜਿਹੜਾ ਉਹ ਤੁਹਾਡਾ ਜਿਹੜਾ ਸੀਕਰੇਟ ਉਹ ਦੱਸਤਾ। ਠੀਕ ਹੈ, ਤਾਂ ਸੀਕਰੇਟ ਨੂੰ ਦੱਸਣਾ, ਲੈਟ ਦਾ ਕੈਟ ਆਊਟ ਆਫ ਦਾ ਬੈਗ, ਕੈਟ ਆਊਟ ਆਫ ਦਾ ਬੈਗ ਇੱਥੇ ਈਡੀਅਮ ਹੈ। ਠੀਕ ਹੈ, ਸੋ ਬੇਸਿਕਲੀ ਇਹ 15 ਕੁਸ਼ਚਨ ਸੀਗੇ। ਇੰਪੋਰਟੈਂਟ ਪ੍ਰੈਪੋਜੀਸ਼ਨਸ ਆ, ਜਿਵੇਂ ਮੈਂ ਪ੍ਰੈਪੋਜੀਸ਼ਨਾਂ ਸਟਾਰਟ ਕਰਵਾਤੀਆਂ, ਬਟ ਪ੍ਰੈਪੋਜੀਸ਼ਨ ਹੈ ਬਹੁਤ, ਇਸੇ ਕਰਕੇ ਮੈਂ ਸੋਚਿਆ ਕਿ ਕੁਝ ਦੇ ਵਿੱਚ ਵੀ ਪ੍ਰੈਪੋਜੀਸ਼ਨਾਂ ਕਰਵਾਤੀਆਂ, ਜਾਂ ਕਿਸੇ ਵੀ ਵੀਡੀਓ ਤੋਂ ਬਾਅਦ ਮੈਂ ਪ੍ਰੈਪੋਜੀਸ਼ਨ ਐਂਡ 'ਤੇ 10 15 ਯਾਨੀ ਕਿ 10 12 9 8 9 ਜੋ ਵੀ ਆ ਕਰਵਾ ਦਿਆ ਕਰੂੰਗਾ ਮੈਂ। ਠੀਕ ਆ, ਤੁਹਾਡੇ ਵੀ ਨਾਲ ਨਾਲ ਯਾਦ ਹੁੰਦੀਆਂ ਰਹਿਣਗੀਆਂ, ਅਤੇ ਇਹਨੂੰ ਨੋਟਸ ਕਰ ਲਿਆ ਕਰੋ। ਜਿਵੇਂ ਪਹਿਲਾਂ ਵੀ ਪ੍ਰੈਪੋਜੀਸ਼ਨ ਦਾ ਜਿਹੜਾ ਮੈਂ ਸਟਾਰਟ ਕੀਤਾ ਹੋਇਆ ਹੈ ਨਾ, ਪ੍ਰੈਪੋਜੀਸ਼ਨ ਪਾਰਟ 1 ਆ, ਉਹਦੇ ਵਿੱਚ ਵੀ ਮੈਂ ਕਰਵਾਈਆਂ ਸੀਗੀਆਂ ਪ੍ਰੈਪੋਜੀਸ਼ਨ, ਉਹ ਤਾਂ ਚੈਪਟਰ ਹੀ ਸੀ। ਚਲੋ, ਅਤੇ ਇੰਪੋਰਟੈਂਟ ਪ੍ਰੈਪੋਜੀਸ਼ਨਸ, ਅਸੈਸੀਏਸ਼ਨ ਨਾ ਅਸੈਸ਼ਨ, ਅਸੈਸੀਏਸ਼ਨ ਵੀ ਹੁੰਦਾ ਗਾ ਵੈਸੇ, ਅਸੈਸ਼ਨ ਤਾਂ ਹੁੰਦਾ ਗਾ ਟੂ, ਇਹਦੇ ਨਾਲ ਜਿਹੜੀ ਪ੍ਰੈਪੋਜੀਸ਼ਨ ਲੱਗੂਗੀ ਉਹ ਲੱਗੂਗੀ ਟੂ ਦਾ ਥਰੋਂ। ਠੀਕ ਹੈ, ਅਸੈਸ਼ਨ ਕੀ ਹੁੰਦਾ ਗਾ, ਯਾਨੀ ਕਿ ਜਿਹੜਾ ਆਪਾਂ ਕਹਿੰਦੇ ਹਾਂ ਵੀ ਕਿਸੇ ਵੀ ਰਾਜ ਗੱਦੀ ਨੂੰ ਮਤਲਬ ਗ੍ਰਹਿਣ ਕਰਨਾ। ਠੀਕ ਹੈ, ਰਾਜ ਗੱਦੀ ਨੂੰ ਜਦੋਂ ਰਾਜਾ ਕਿਸੇ ਗੱਦੀ 'ਤੇ ਬਹਿੰਦਾ, ਰਾਜ ਗ੍ਰਹਿਣ, ਕਿਸੇ ਪਦ ਨੂੰ ਗ੍ਰਹਿਣ ਕਰਨਾ। ਠੀਕ ਹੈ, ਤਾਂ ਅਸੈਸ਼ਨ ਉਹਨੂੰ ਕਹਿੰਦੇ ਆ। ਠੀਕ ਹੈ, ਅਤੇ ਅਸੈਸ਼ਨ ਦੇ ਨਾਲ ਕੀ ਲੱਗੂਗਾ, ਹਮੇਸ਼ਾ ਟੂ ਦਾ ਥਰੋਂ ਆ। ਠੀਕ ਹੈ, ਕਿੰਗ ਸੀਟ ਯਾਨੀ ਕਿ ਜਿਹੜੀ ਹੁੰਦੀ ਹੈ ਕਿੰਗ ਸੀਟ, ਠੀਕ ਹੈ, ਜਿਹੜੀ ਸੀਟ 'ਤੇ ਬਹਿੰਦਾ ਸੈਸ਼ਨ ਕਹਿੰਦੇ ਉਹਨੂੰ। ਠੀਕ ਆ, ਸੈਸ਼ਨ ਟੂ ਦਾ ਥਰੋਂ, ਤਾਂ ਇਹਦੇ ਨਾਲ ਟੂ ਲੱਗੂਗਾ, ਆਪਾਂ ਐਟ ਦਾ ਥਰੋਂ ਲਾ ਦਿੰਦੇ ਹੁੰਦੇ ਹਾਂ। ਠੀਕ ਹੈ, ਤਾਂ ਬੇਸਿਕਲ ਧਿਆਨ ਦੇਣਾ ਐਟ ਆਪਸ਼ਨ ਦੇ ਵਿੱਚ ਹੋਊਗਾ,
टू द थ्रोन या ऑन द थ्रोन कह दें, ऑन भी नहीं, टू द थ्रोन ही आऊगा, ठीक है। उस बाद आ गया असैस डैश टू ए परसन और प्लेस, तो असैस होंगी कि पहुँच, ठीक है, पहुँच अपनी इतों तक कितों तक पहुँच आ वो असैस कह दें, उन्होंने तो किसी परसन तक या किसी जगह तक अपनी पहुँच में आप कहने असैस टू ए परसन और प्लेस, तो इतने भी टू आ जूगा असैस टू ए परसन और प्लेस। अकंपलिस, अकंपलिस बेसिकली की होंगे गा, अकंपलिस होंगे गा सह अपराधी कह सकते हैं, जिहड़ा कि यानी कि सहकर्मी, यानी कि जिहड़ा किसी क्राइम दे विच किसी का साथ दिंदा गा उहनू कहिंदे आ अकंपलिस, ठीक है। इत्थे स्पैलिंग मैनूं लगदा गलत है, ठीक है, तां तुसीं इत्थे ए डबल सी लिख लिओ, स्पैलिंग मिसटेक है, अकंपलिस डबल सी है क्योंकि स्पैलिंग भी बहुत जरूरी है, स्पैलिंग भी आ जाते हैं। तो अकंपलिस बेसिकली की होंगे गा किसी का क्राइम दे विच साथ देना, किसी का साथ देना, तो की आ जूगा अकंपलिस विद ए परसन, विद ए परसन, तो क्राइम दे विच साथ दिता गया तो इन ए क्राइम, किसी क्राइम देता, ये भी याद रखना कि इन ए क्राइम आऊगा विद ए परसन आऊगा, ठीक है, अकंपलिस। तो इन जो तुम याद भी करना गा तो पिछे पुलिस आता गा पुलिस, ठीक है, तो तुम कह सकते हो कि पुलिस यानी कि कदे भी जिहड़ा क्राइम करदा उहदा साथ नहीं दिंदी, तुसीं इह उल्ट तरीके नाल याद कर सकदे हो, पर इहदा या अकंपलिश दा मीनिंग हुंदा गा किसे क्राइम च किसे दा साथ देना, ठीक है। उस तो बाद आ गया एक्यूजेशन, एक्यूजेशन की हुंदा गा यानी कि तुसीं इहनूं दोषपूर्ण कह सकदे हो, जिहड़ा कि किसे नूं डिसीव करदा गा, धोखा दिंदा गा उहनूं यानी कि तुसीं कह सकदे हो, ठीक है। एक्यूजेशन ऑफ फोर्जरी, फोर्जरी हुंदा गा फेक कोई, ठीक है, किसी नूं फेक चीज़ दस के किसी नूं डिसीव करना, तो है ना अक्यूज्ड, क्या अक्यूज्ड कह सकते हो, अक्यूज्ड जिहड़ी सैकंड वर्ब एक्यूजेशन, इहदे नाल की लगेगा हमेशा ऑफ लगेगा, ठीक है। दोषी जिहड़ा हुंदा गा यानी कि किसी नूं डिसीव करन दा दोषी हुंदा गा, चार्ज जिहते लगदा, चार्ज भी कह सकते जिहते चार्ज लगदा अक्यूज्ड है ना, आपां कहिंदे ना इह लॉ दी इक थ्योरी है जिहदे विच आपां कहिंदे हुंदे कि अक्यूज्ड है ना, इहते चार्ज लग्गिया होया, तो एक्यूजेशन ऑफ फोर्जरी, फोर्जरी दा मतलब हुंदा गा फेक, ठीक है, फेक कोई भी चीज़ आप जी रोंगली करते हैं किसी को डिसीव करने वास्ते, ठीक है, एक्यूजेशन ऑफ फोर्जरी। उस तो बाद आ गया इन अकॉर्डेंस डैश विद सम रूल, अकॉर्डेंस ही अज ही आया सीगा एक दे विच, आई थिंक अकॉर्डेंस, चलो अज भी मैं एक पाई सी वीडियो उहदे विच आया सीगा, शायद मैं इंग्लिश करवाई सी उहदे विच ही आया सीगा, तो अकॉर्ड बेसिकली की हुंदा गा, अकॉर्ड का मतलब हुंदा गा एग्रीमेंट, एग्रीमेंट हुंदा कि किसी नाल एग्री करना, तो जां ऐ भी हो सकता किसी का जिहड़ा जिहदा आपां ट्रीटमेंट करते हैं, ट्रीटमेंट सॉरी मैं ट्रीट कह गया, ट्रीटमेंट कह गया, बट ट्रीट यानी कि जो आप किसी नाल ट्रीट करते हैं, यानी कि जो कोई अपने रिश्तेदार आता उहदे नाल वधिया ट्रीट करना भी इहदा मीनिंग हुंदा अकॉर्ड का। तो इहदा ओपोजिट जिहड़ा एंटोनिम हुंदा कि बहुत इंपोर्टेंट है, ओपोजिट जिहड़ा हुंदा उहदा मतलब हुंदा डिसकॉर्ड यानी कि डिसएग्रीमेंट, तो इहदे नाल जिहड़ी प्रपोजिशन लगती है इन अकॉर्डेंस विद सम रूल यानी कि एग्रीमेंट विद सम रूल, तो यह प्रपोजिशन तुसी याद रखनी है। उस तो बाद आ गया एडहेरेंस, एडहेरेंस हुंदा गा लगाव किसी नाल, ठीक है, जिहदे नाल आपां कहिंदे ना वी उहदे नाल तो चिपके ही रहिंदा गा, ठीक है, जां किसी परसन नूं नहीं कहिंदे बेसिकली, आपां किसी चीज़ नाल किसी रूल नाल किसी नाल लगाव होना, तो एडहेरेंस जिहड़ा हुंदा गा लगाव हुंदा गा, तां इहदा मतलब आ जूगा इहदे नाल जे रूल दी गल करी जा रही है एडहेरेंस टू द रूल, तो टू द रूल आ जूगा। अफैक्शन का मतलब भी लगाव ही होंगे, तीन तरह की लगाव है, एडहेरेंस हो गया, अफैक्शन हो गया, अफिनिटी हो गया, तो बटन जी प्रपोजिशन अड्ड अड्ड लग देंगे, एडहेरेंस नाल लगेगा टू, ठीक है, अफैक्शन नाल किसी परसन वास्ते आप अफैक्शन लाइक करते हैं किसी, ठीक है, किसी वास्ते आप किसी स्नेह रखते हैं तो वह मतलब आजगा अफैक्शन फॉर समबॉडी आजगा। अफिनिटी का मतलब भी लगाव ही होंगे गा, ठीक है, किसी आकर्षण होना अपना, तो अफिनिटी विद समथिंग आजगा, तो या फिर जो दो थिंग्स की गल कर रहा था बैटवीन टू थिंग्स आजगा, अफिनिटी बैटवीन टू थिंग्स, अफिनिटी अफिनिटी विद समथिंग, अफैक्शन फॉर समबॉडी, एडहेरेंस टू द रूल, तो इस बेसिकली तुम याद करना प्रेपोजिशन तुम्हें याद ही करनी पैनगियाँ, बाकी जिन्ना चक्कर तुम्हें मीनिंग नहीं पता लगता प्रेपोजिशन याद करनी थोड़ी औखियाँ हो जाए, मीनिंग नाल याद करोगे थोड़ा थोड़ा सौखा भी रहेगा। बाकी वीडियो लाइक करो, सपोर्ट करो, बाकी मैं एक रिक्वेस्ट है कि सारों की वीडियो प्लीज़ शेयर करा करो, ठीक है, जोड़े होर फ्रेंड्स उन्होंने जाके दसो कि हाँ एक नवा चैनल बनया वधिया थोड़ा पंजाबी क्लीयर कट सारा कुछ समझा गा, बिल्कुल अपनी
ਜਿਹੜੀ ਮਾਂ ਬੋਲੀ ਆ ਉਹਦੇ ਵਿੱਚ ਠੀਕ ਆ ਤੁਹਾਨੂੰ, ਅਤੇ ਵਧੀਆ ਜੇ ਤੁਹਾਨੂੰ ਵੀਡੀਓ ਲੱਗਦੀ ਆ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ। ਬਾਕੀ ਜੇ ਇੰਪਰੂਵਮੈਂਟ ਚਾਹੀਦੀ ਆ ਤਾਂ ਵੀ ਕਮੈਂਟ ਕਰਕੇ ਦੱਸਿਆ ਕਰੋ ਕਿ ਇੰਪਰੂਵਮੈਂਟ ਚਾਹੀਦੀ ਆ। ਮੈਥ ਰੀਜਨਿੰਗ ਦੇ ਕਮੈਂਟ ਬਹੁਤ ਆ ਰਹੇ ਆ, ਮੈਥ ਰੀਜਨਿੰਗ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਮੈਥ ਰੀਜਨਿੰਗ ਮੈਂ ਸਟਾਰਟ ਕਰਵਾ ਦੂੰਗਾ। ਮੇਰੇ ਕੋਲ ਥੋੜ੍ਹਾ ਜਿਹਾ ਡਿਵਾਈਸ ਚਾਹੀਦਾ ਮੈਨੂੰ, ਉਹ ਆ ਰਿਹਾ, ਮੈਂ ਔਡਰ ਕਰ ਚੁੱਕਿਆ ਠੀਕ ਆ। ਹਜੇ ਉਹ 4-5 ਦਿਨ ਲੱਗਣਗੇ ਮੇਰੇ ਕੋਲ ਆ ਜੂਗਾ, ਉਸ ਤੋਂ ਬਾਅਦ ਆਪਾਂ ਮੈਥ ਰੀਜਨਿੰਗ ਸਟਾਰਟ ਕਰਾਂਗੇ। ਮੈਥ ਤਾਂ ਮੇਰਾ ਖੁਦ ਦਾ ਸਬਜੈਕਟ ਆ, ਮੈਥ ਤਾਂ ਤੁਹਾਨੂੰ ਮੈਂ ਬਹੁਤ ਵਧੀਆ ਕਰਵਾ ਦੂੰਗਾ। ਬਾਕੀ ਥੈਂਕਸ, ਸਪੋਰਟ ਕਰਦੇ ਰਹੋ, ਕਮੈਂਟ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ।